हम अवगुण भरे एक गुण अमृत शाड बिखर माया परम भूले सुत प्रीत लगा एक उत्तम पंथ सुने गुरसंग तेह मिलंत जमत राज मिटाए एक अरदास पाठ कीर्त की गुरु रामदास पाठ कीर्त की गुरु रामदास पावन दरबार अंदर गुरु की मत प्राप्त करन लई कथा कीर्तन दे माध्यम द्वारा गुरु आसरे दी कोशिश वास्ते गुरु चरणा विच पहुंचे सरबत माई भाई जी वाहेगुरु जी का खालसा वाहेगुरु जी की फतेह। करम जतन जे होए मेहरबान ये जतन है सतगुरु की मेहर लैण वास्ते गुरमत की प्राप्ति वास्ते कथा कीर्तन नितनेम अमृत की रहत की पालना ये सारे जतन है। गुरु साहब ने मेहर की है आपे संगत सद बहाल है आपे विदा करावे सद के बिठाया है जिन्ना समा बिठाउणगे उन्ना समा असीं बैठ सकते हैं जदों उठा देंगे फिर उठ जावांगे। मेरे हर जीओ सब को तेरा वास जिथे आप जी धन गुरु नानक साहब जी महाराज जी दे 550 साल प्रकाश पुरब नूं समर्पित होके कल तो वड्डा समागम आरंभ कर रहे हो उत्थे खालसा जी दे साजना दिवस दीयां खुशियां भी उन्हां समागम राहीं आप जी ने लैणियां ने।
ਨਗਰ ਕੀਰਤਨ ਵਿੱਚ ਖਾਲਸਾਈ ਜਾਹੋ ਜਲਾਲ ਦੇ ਦਰਸ਼ਨ ਪ੍ਰਸੰਨ ਕਰਕੇ ਆਪ ਜੀ ਨੂੰ, ਸਾਰੀ ਕੌਮ ਨੂੰ, ਸਾਰੇ ਪੰਥ ਨੂੰ ਹੋਰ ਉਤਸ਼ਾਹ ਮਿਲੇਗਾ। ਤੇ ਅੱਜ ਇਹਨਾਂ ਖੁਸ਼ੀਆਂ ਦੇ ਨਾਲ ਇੱਕ ਹੋਰ ਖੁਸ਼ੀ ਜੁੜੀ ਹੈ। ਅੱਜ ਗੁਰੂ ਹਰਿਰਾਇ ਸਾਹਿਬ ਜੀ ਮਹਾਰਾਜ ਜੀ ਦਾ ਗੁਰਗੱਦੀ ਪੁਰਬ ਦਿਵਸ ਹੈ। ਸਾਰੀਆਂ ਸੰਗਤਾਂ ਨੂੰ ਸਤਿਗੁਰੂ ਸਾਹਿਬ ਜੀ ਦੇ ਗੁਰਗੱਦੀ ਦਿਵਸ ਦੀਆਂ ਕੋਟਾਨ ਕੋਟ ਵਧਾਈਆਂ ਹੋਣ। ਆਓ ਜੀ ਉਸੇ ਸੰਬੰਧ ਵਿੱਚ ਸਤਿਗੁਰੂ ਕਿਰਪਾ ਕਰਨ, ਕੀਰਤਨ ਦੀ ਸੇਵਾ ਆਪਾਂ ਸਾਰਿਆਂ ਰਲ ਮਿਲ ਕੇ ਕਰਨੀ ਹੈ। ਤੁਸੀਂ ਕਿਰਪਾ ਕੀਤੀ ਹੈ, ਸਾਨੂੰ ਇੱਥੇ ਬਿਠਾਇਆ, ਪਰ ਇਹ ਜ਼ਰੂਰੀ ਨਹੀਂ ਹੈ ਕਿ ਅਸੀਂ ਇੱਥੇ ਬਹਿ ਕੇ ਅਸੀਂ ਹੀ ਕੀਰਤਨੀ ਹੈ। ਤੁਸੀਂ ਸਾਰੇ ਕੀਰਤਨੀ ਹੈ। ਕੋਈ ਪ੍ਰਗਟ ਕੀਰਤਨੀਆਂ ਹੋਏਗਾ, ਕੋਈ ਗੁਪਤ ਕੀਰਤਨੀਆਂ ਹੋਏਗਾ। ਪ੍ਰਗਟ ਕੀਰਤਨੀਆਂ ਉਹ ਹੈ ਜਿਹੜਾ ਸੰਗਤ ਵਿੱਚ ਬੈਠਾ ਵੀ ਉੱਚੀ ਉੱਚੀ ਬੋਲ ਰਿਹਾ, ਜਿਵੇਂ ਭਾਈ ਸਾਹਿਬ। ਇਹ ਨੌਜਵਾਨਾਂ ਨੂੰ ਸੱਚੇ ਪਾਤਸ਼ਾਹ ਨੇ ਬੜੀ ਮਿਹਰ ਕੀਤੀ ਹੈ। ਮਹਾਰਾਜ ਦੇ ਚਰਨਾਂ 'ਚ ਬੇਨਤੀ ਹੈ, ਜਿਵੇਂ ਇਹਨਾਂ ਦੀ ਆਵਾਜ਼ ਬੁਲੰਦ ਹੈ, ਸੱਚੇ ਪਾਤਸ਼ਾਹ ਅੰਦਰ ਦੀ ਆਵਾਜ਼ ਵੀ ਇਹਨਾਂ ਦੀ ਹੋਰ ਬੁਲੰਦ ਕਰ ਦੇ। ਅੰਦਰ ਦੀ ਆਵਾਜ਼ ਨਾਲ ਜਿਹੜੀ ਗੱਲ ਬਣਦੀ ਹੈ ਨਾ, ਉਹ ਫਿਰ ਅੰਦਰ ਦੀ ਬੁਲਾਰੇ ਬਣਦੀ ਹੈ। ਤੇ ਕਈ ਵਾਰੀ ਫਿਰ ਕਈ ਬੋਲਣ ਤੋਂ ਝੱਕਦੇ ਨੇ, ਬੋਲ ਨਹੀਂ ਸਕਦੇ, ਜਾਂ ਇਉਂ ਸਮਝਦੇ ਨੇ ਕਿ ਮੇਰੀ ਆਵਾਜ਼ ਨਹੀਂ ਮਿਲਦੀ, ਤੇ ਅੰਦਰੋਂ ਉਹ ਕੀਰਤਨ ਕਰ ਰਹੇ ਹੁੰਦੇ ਆ, ਉਹ ਗੁਪਤ ਕੀਰਤਨੀ ਵੀ ਮਾਰੇ ਨੂੰ ਕਰਵਾਉਣ ਨੇ। ਪਰ ਕੋਸ਼ਿਸ਼ ਕਰਨੀ ਚਾਹੀਦੀ ਸੰਗਤ ਵਿੱਚ ਆਣ ਕੇ ਆਪਾਂ ਸਾਰੇ ਰਲ ਕੇ ਗਾਈਏ। ਜਿਹੜਾ ਗੁਰੂ ਸਾਹਿਬ ਨੇ ਸਾਨੂੰ ਹੁਕਮ ਕੀਤਾ ਨਾ, ਆਵਹ ਸਿੱਖ ਪੜੋ ਸਾਰੇ ਦੀ, ਆਵਹ ਸਿੱਖ ਸਤਿਗੁਰੂ ਕੇ ਪਿਆਰੇ ਹੋ ਗਾਵਹੁ ਸੱਚੀ ਬਾਣੀ। ਬੜੇ ਚਲੋ ਮਨ ਚ ਆ ਗਿਆ। ਕਈ ਵਾਰੀ ਬੜੇ ਸਵਾਲ ਆਉਂਦੇ ਜੀ, ਕਈ ਵਾਰੀ ਨਾ ਕਈ ਇੱਦਾਂ ਕਰਦੇ ਵੀ ਪਹਿਲੇ ਦੂਜੇ ਤੀਜੇ ਦੀ ਨਹੀਂ ਗੱਲ ਕਰਦੇ, ਸਿੱਧੇ ਦਸਮ ਦਵਾਰ ਦੀ ਗੱਲ ਕਰਦੇ ਆ। ਕਰਨੀ ਕੋਈ ਮਾੜੀ ਗੱਲ ਨਹੀਂ। ਮੇਰਾ ਬਾਪੂ ਚਾਹੇ ਤੇ ਇੱਕ ਛਿਨ ਵਿੱਚ ਸਾਰਾ ਕੁਝ ਕਰ ਸਕਦਾ। ਗੁਰਦੁਆਰਾ ਲਾਏ ਭਾਵਨੀ, ਇੱਕ ਨਾ ਦਸਵਾਂ ਦੁਆਰ ਦਿਖਾਇਆ। ਹੱਥ ਜੋੜ ਕੇ ਗੁਰੂ ਆਸਰੇ ਬੇਨਤੀ ਹੈ, ਕੀਰਤਨ ਵਿੱਚ ਬੋਲਣ, ਕੀਰਤਨ ਸੁਣਨ, ਕੀਰਤਨ ਵਿੱਚ ਜੋੜਨ, ਕੀਰਤਨ ਵਿੱਚ ਪਿਆਰ ਲਾਉਣ ਤੋਂ ਬਗੈਰ ਵੱਡਾ ਹੋਰ ਕੋਈ ਸਾਧਨ ਨਹੀਂ ਜਿਹੜਾ ਸਾਨੂੰ ਉੱਥੋਂ ਤੱਕ ਪਹੁੰਚਾ ਸਕਦਾ। ਸੋ ਆਓ ਜੀ ਸ਼ਬਦ ਆਰੰਭ ਕਰੀਏ ਗੌੜੀ ਰਾਗ ਵਿੱਚ। ਧੰਨ ਗੁਰੂ ਅਰਜਨ ਦੇਵ ਸਾਹਿਬ ਸੱਜੇ ਪਾਤਸ਼ਾਹ ਜੀ ਦਾ ਸੁਖਮਨੀ ਸਾਹਿਬ ਵਿੱਚੋਂ ਸਲੋਕ ਹੈ, ਤਜੋ ਸਿਆਣਪ ਸੁਰਜਨਾ ਸਿਮਰਹੋ ਹਰ ਹਰ ਰਾਏ। ਗੌੜੀ ਰਾਗ ਦੇ ਪ੍ਰਕਾਰ ਗੌੜੀ ਪੂਰਬੀ ਵਿੱਚ ਆਪ ਜੀ ਸਰਵਣ ਕਰੋ। ਆਸ ਹਰ ਮਰ ਕਾ
Oh,
Puro puro aankhiyan
Bye.
प्रभ हर मंदर सोहना प्रभ हर मंदर सोहना Yeah.
ਸ਼ਬਦ ਰੂਪੀ ਚਰਨਾਂ ਨਾਲ ਜੁੜਨ ਦਾ ਮਹਾਨ ਸਿਧਾਂਤ ਉਹਨਾਂ ਨੇ ਦ੍ਰਿੜ ਕਰਵਾਇਆ। ਅਤਿ ਸੰਖੇਪ ਵਿੱਚ ਆਪ ਜੀ ਨੂੰ ਇਹ ਬੇਨਤੀ ਕੀਤੀ ਹੈ। ਅਖੀਰ ਵਿੱਚ ਫਿਰ ਸਤਿਗੁਰੂ ਜੀ ਦੇ ਗੁਰਗੱਦੀ ਦਿਵਸ ਦੀਆਂ ਸਮੂਹ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ, ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ। ਆਉਣ ਵਾਲੇ ਸਮਾਗਮਾਂ ਵਿੱਚ ਸਾਰੀਆਂ ਸੰਗਤਾਂ ਨੇ ਵੱਧ ਚੜ੍ਹ ਕੇ ਗੁਰੂ ਚਰਨਾਂ ਵਿੱਚ ਹਾਜ਼ਰੀਆਂ ਭਰ ਕੇ ਆਪਣਾ ਸਮਾਂ ਅਤੇ ਸਵਾਸੇ ਸਫਲ ਕਰਨੇ ਨੇ। ਆਉਣ ਵਾਲਾ ਜਥਾ ਭਾਈ ਜੁਝਾਰ ਸਿੰਘ ਜੀ ਬੜਾ ਪਿਆਰਾ ਕੀਰਤਨ ਕਰਦੇ ਨੇ, ਗੁਰੂ ਰਾਮਦਾਸ ਜੀ ਮਹਾਰਾਜ ਦੇ ਚਰਨਾਂ ਦੇ ਕੀਰਤਨੀਏ ਨੇ, ਆਓ ਜੀ। ਸੋ ਪ੍ਰਬੰਧਕਾਂ ਦੁਆਰਾ ਨਿਯਤ ਸਮੇਂ ਅਨੁਸਾਰ ਉਹਨਾਂ ਕੋਲ ਆਪਾਂ ਕੀਰਤਨ ਸਰਵਣ ਕਰਾਂਗੇ। ਭੁੱਲਾਂ ਦੀ ਖਿਮਾ ਬਖਸ਼ੋ। ਸਾਰੇ ਜਥੇ ਨੂੰ ਗੁਰਬਾਣੀ ਕੀਰਤਨ ਅਤੇ ਗੁਰਮਤਿ ਪ੍ਰਚਾਰ ਦੀਆਂ ਅਸੀਸਾਂ ਬਖਸ਼ਿਸ਼ ਕਰਦੇ ਹੋਏ
ਪਿਆਰ ਸਾਹਿਬ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।